ਮੋਟੀਵੇਟਰ ਕੰਮ ਕਰਦੇ ਆ। ਅਸੀਂ ਪਿਛਲੇ 7 ਤੋਂ 8 ਸਾਲਾਂ ਤੋਂ ਅਸੀਂ ਪਿੰਡਾਂ ਦੇ ਵਿੱਚ ਸੈਨੀਟੇਸ਼ਨ ਦਾ ਕੰਮ ਕਰ ਰਹੇ ਹਾਂ, ਪਿੰਡਾਂ ਦੇ ਵਿੱਚ ਟੋਇਲਟਾਂ ਬਣਾ ਰਹੇ ਹਾਂ ਤੇ ਪਿੰਡਾਂ ਦੇ ਵਿੱਚ ਰੈਵਨਿਊ ਕਲੈਕਸ਼ਨ ਦਾ ਕੰਮ ਕਰ ਰਹੇ ਹਾਂ। ਜਿਹੜੇ ਵੀ ਸਰਕਾਰੀ ਪਾਣੀ ਵਾਲੀ ਟੈਂਕੀਆਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਚਲਾ ਰਹੇ ਹਾਂ। ਅੱਛਾ ਜੀ। ਸਾਨੂੰ ਹੁਣ ਤੱਕ ਵਿਭਾਗ ਵੱਲੋਂ ਸਿਰਫ 6 ਮਹੀਨੇ ਦਾ ਇੱਕ ਤੁਸ਼ ਜਾਂ ਮਾਣ ਭੱਤਾ ਦਿੱਤਾ ਗਿਆ ਆ। ਅਸੀਂ ਸਰਕਾਰ ਕੋਲੋਂ ਇਹ ਮੰਗ ਲੈ ਕੇ ਆਏ ਸੀ ਵੀ ਸਾਨੂੰ 1 ਮਹੀਨਾ ਬਾਅਦ ਫਿਕਸ ਤਨਖਾਹ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕੀਏ। ਪਰ ਜਿਹੜੀ ਅੱਜ ਮੀਟਿੰਗ ਹੋਈ ਆ ਉਸ ਦੇ ਵਿੱਚ ਕੁਛ ਮੰਗਾਂ ਦੇ ਉੱਪਰ ਚਰਚਾ ਕੀਤੀ ਗਈ, ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ 60% ਮੰਗਾਂ ਦੇ ਉੱਪਰ ਉਹਨਾਂ ਦੇ ਨਾਲ ਸਹਿਮਤੀ ਬਣੀ ਆ। ਉਹ ਦੇਖਦੇ ਹਾਂ ਵੀ ਕਦੋਂ ਤੱਕ ਉਹ ਲਾਗੂ ਕਰਦੇ ਨੇ। ਪਰ ਜਿਹੜੀ ਤਨਖਾਹ ਵਾਲੀ ਮੇਨ ਮੰਗ ਸੀ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਦਾ ਜ਼ਮਾਨਾ ਆ ਸਰ, ਉਹਦੇ ਵਿੱਚ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਆ। ਉਹਨਾਂ ਦੇ ਉੱਪਰ ਤਨਖਾਹ ਵਾਲੀ ਮੰਗ ਉੱਪਰ ਉਹਨਾਂ ਨੇ ਡਿਨਾਏ ਕਰਤੀ ਹੈ ਵੀ ਅਸੀਂ ਤਨਖਾਹ ਨਹੀਂ ਲਾ ਸਕਦੇ, ਵੀ ਜੇ ਇਨਸੈਂਟਿਵ ਉੱਪਰ ਤੁਸੀਂ ਕੰਮ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ, ਨਹੀਂ ਅਦਰਵਾਈਜ਼ ਤੁਸੀਂ ਕੰਮ ਛੱਡ ਸਕਦੇ। ਨਹੀਂ ਵੀਰ ਜੀ, ਕੋਈ ਪਰਸੈਂਟੇਜ ਕਿਵੇਂ ਕਹਿ ਰਹੇ ਹੋ ਦੇਣਗੇ? ਇਹ ਕਹਿੰਦੇ ਵੀ ਜੇ ਤੁਸੀਂ ਪਿੰਡ ਦੇ ਵਿੱਚ ਮੰਨ ਲਓ ਤੁਸੀਂ 10,000 ਰੁਪਇਆ ਪਿੰਡਾਂ ਦੇ ਵਿੱਚੋਂ ਪਾਣੀ ਦਾ ਕਲੈਕਸ਼ਨ ਕਰਦੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ 1,000 ਰੁਪਇਆ ਜਾਂ 500 ਰੁਪਇਆ ਇਨਸੈਂਟਿਵ ਮਿਲੂਗਾ, 10% ਜਾਂ 5%। ਅੱਛਾ ਜੀ। ਇਸ ਤੋਂ ਜ਼ਿਆਦਾ ਤੁਹਾਨੂੰ ਹੋਰ ਕੁਛ ਨਹੀਂ ਮਿਲੂਗਾ। ਠੀਕ ਹੈ ਠੀਕ। ਹਾਂਜੀ। ਅੱਛਾ, ਕੋਈ ਮੰਥਲੀ ਪੇਮੈਂਟ ਵਗੈਰਾ ਨਹੀਂ ਹੈ? ਨਹੀਂ ਨਹੀਂ, ਮੰਥਲੀ ਪੇਮੈਂਟ ਕੁਛ ਨਹੀਂ ਹੈਗੀ। 7 ਸਾਲਾਂ ਤੋਂ ਅਸੀਂ ਬਿਨਾਂ ਤਨਖਾਹਾਂ ਤੋਂ ਹੀ ਕੰਮ ਕਰ ਰਹੇ ਹਾਂ ਸਰ। ਵੀਰ ਜੀ, ਕਦੋਂ ਦਾ ਸੰਘਰਸ਼ ਤੁਸੀਂ ਜਾਰੀ ਰੱਖਿਆ? ਸਰ, ਅਸੀਂ 2016 ਦੇ ਵਿੱਚ ਸਾਡੀ ਭਰਤੀ ਹੋਈ ਸੀ। 2017 ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਰ, ਉਸ ਤੋਂ ਬਾਅਦ ਅਸੀਂ ਯੂਨੀਅਨ ਬਣਾਈ, ਅਸੀਂ ਆਪਣੇ ਧਰਨੇ ਪ੍ਰਦਰਸ਼ਨ ਕੀਤੇ। 3 ਮਹੀਨੇ ਲਗਾਤਾਰ ਅਸੀਂ ਰਜ਼ੀਆ ਸੁਲਤਾਨਾ ਮੈਡਮ ਦੀ ਕੋਠੀ ਦਾ ਘਿਰਾਓ ਕਰਿਆ ਔਰ ਟੈਂਕੀ ਦੇ ਉੱਪਰ ਬੈਠੇ ਰਹੇ। ਉੱਥੇ ਸਾਡੇ ਇੱਕ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ, ਪਰੰਤੂ ਸਰਕਾਰ ਵਿਭਾਗ ਵੱਲੋਂ ਇਸ ਉੱਪਰ ਕੋਈ ਹੱਲ ਨਹੀਂ ਕੀਤਾ ਗਿਆ। ਚੰਨੀ ਸਰਕਾਰ ਆਈ, ਸਾਨੂੰ ਆਸ ਬੱਝੀ ਵੀ ਚੰਨੀ ਸਰਕਾਰ ਕੁਛ ਕਰੇਗੀ, ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਦੇਵੇਗੀ, ਪਰੰਤੂ ਜਿਹੜਾ ਉਹਨਾਂ ਨੇ ਵੀ ਮਤਲਬ ਇੱਕ ਮਿੱਠੇ ਲਾਰਾ ਲਾ ਕੇ ਰੱਖਿਆ। ਅਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਈ ਵੀ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਵਾਂਗੇ, ਪੱਕੇ ਕਰਾਂਗੇ, ਪਰੰਤੂ ਇੱਦਾਂ ਦਾ ਕੁਛ ਹੁੰਦਾ ਤਾਂ ਲੱਗ ਨਹੀਂ ਰਿਹਾ। ਵੀਰ ਜੀ, ਤੁਹਾਡਾ ਟ੍ਰੇਡ ਕੀ ਹੈਗਾ? ਸਰ, ਟ੍ਰੇਡ ਦੇ ਵਿੱਚ ਸਰ ਅਸੀਂ ਡੀ ਗ੍ਰੇਡ ਦੇ ਵਿੱਚ ਪੋਸਟ ਕਰਦੇ ਹਾਂ, ਪੋਸਟ ਦੇ ਤੌਰ 'ਤੇ ਕੰਮ ਕਰਦੇ ਹਾਂ, ਪਰੰਤੂ ਡੀ ਗ੍ਰੇਡ ਦੇ ਵਿੱਚ ਸਾਨੂੰ DC ਰੇਟ ਤਾਂ ਛੱਡੋ, ਕੀ ਕਹਿੰਦੇ ਨੇ, ਸਾਨੂੰ ਘਰ ਚਲਾਉਣ ਜੋਗੇ 20 ਪੈਸੇ ਨਹੀਂ ਬਣਦੇ। ਨਹੀਂ ਵੀਰ ਜੀ, ਜਿਸ ਤਰ੍ਹਾਂ ਜੇਈ ਹੁੰਦਾ ਜਾਂ ਮੋਟੀਵੇਟਰ ਕਹਿੰਦੇ ਆਪਾਂ, ਉਸ ਤਰ੍ਹਾਂ? ਸਰ, ਇਹ ਉਸ ਤਰ੍ਹਾਂ ਦੀ ਜਿਹੜੀ ਪੋਸਟ ਆ ਨਾ, ਇਹ ਸੈਂਟਰ ਦੁਆਰਾ ਬਣਾਈ ਗਈ ਪੋਸਟ ਆ, ਮੋਟੀਵੇਟਰ ਅਤੇ BRC ਵੀ ਜਿਹੜੇ ਆਪਣੇ ਸੋਸ਼ਲ ਲੈਵਲ ਦਾ ਕੰਮ ਦੇਖ ਰਹੇ ਨੇ ਗਰਾਊਂਡ ਲੈਵਲ ਦੇ ਉੱਪਰ। ਇਹ ਕਹਿੰਦੇ ਨੇ ਵੀ ਜਿਹੜੀਆਂ ਗਾਈਡਲਾਈਨਾਂ ਨੇ ਵੀ ਤੁਹਾਡੀਆਂ ਉੱਪਰੋਂ ਆਈਆਂ ਹੋਈਆਂ ਨੇ ਭਾਰਤ ਸਰਕਾਰ ਵੱਲੋਂ, ਵੀ ਅਸੀਂ ਚੇਂਜ ਨਹੀਂ ਕਰ ਸਕਦੇ। ਇੱਦਾਂ ਇਹਦੇ ਵਿੱਚ ਸ਼ਡਿਊਲ ਬਣਾਇਆ ਵੀ ਇੰਨਾ ਕੰਮ ਕਰੇਗਾ ਤਾਂ ਤੁਹਾਨੂੰ ਇੰਨੇ ਪੈਸੇ ਮਿਲਣਗੇ, ਤਾਂ ਉਹਦੇ ਹਿਸਾਬ ਨਾਲ ਸਲੈਬਾਂ ਬਣੀਆਂ ਹੋਈਆਂ ਨੇ ਸਰ ਇਹਦੇ ਵਿੱਚ। ਭਾਰਤ ਸਰਕਾਰ ਦੇ ਮੁਤਾਬਕ ਸਵੱਛਤਾ ਗ੍ਰਹੀ ਦੇ ਤੌਰ ਤੇ ਸਾਨੂੰ ਭਰਤੀ ਕੀਤਾ ਗਿਆ। ਪੰਜਾਬ ਦੇ ਵਿੱਚ ਇਹਨੂੰ ਮੋਟੀਵੇਟਰ ਦਾ ਨਾਮ ਦਿੱਤਾ ਗਿਆ, ਆਲ ਇੰਡੀਆ ਦੇ ਵਿੱਚ ਇਹਨੂੰ ਸਵੱਛਤਾ ਗ੍ਰਹੀ ਦਾ ਨਾਮ ਦਿੱਤਾ ਗਿਆ। ਉਹਦੇ ਅੰਡਰ ਅਸੀਂ ਸਾਨੂੰ ਰੱਖਿਆ ਗਿਆ ਸੀ, 2016 ਦੇ ਵਿੱਚ ਭਰਤੀ ਕੀਤਾ ਗਿਆ ਸੀ, ਜਿਹਦੇ ਵਿੱਚ ਅਸੀਂ ਹੁਣ ਤੱਕ ਕੰਮ ਕਰ ਰਹੇ ਹਾਂ। ਪਰ ਇੱਕ ਤੁੱਛ ਜਿਹੇ ਮਾਣ ਪੱਤੇ 'ਤੇ ਵੀ ਸਾਨੂੰ 5ਵੀਂ ਤਨਖਾਹ ਕੋਈ ਨਹੀਂ ਹੈਗੀ। ਤੁਹਾਡੇ ਕੋਲ ਭੈਣ ਜੀ ਕਿਹੜੀ ਡਿਊਟੀ ਹੈ? ਸਰ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪਹਿਲਾਂ ਤਾਂ ਟੋਇਲਟਾਂ ਦਾ ਕੰਮ ਕਰਦੇ ਸੀਗੇ। ਤੁਸੀਂ ਵੀ ਮੋਟੀਵੇਟਰ ਦੀ ਡਿਊਟੀ ਕਰਦੇ ਹੋ? ਮੋਟੀਵੇਟਰ ਦੀ ਕੰਮ ਕਰਦੇ ਹਾਂ ਸਰ। ਪਹਿਲਾਂ ਤਾਂ ਟੋਇਲਟਾਂ ਦਾ ਕੰਮ ਕਰਦੇ ਸੀਗੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਨਾ ਵੀ ਬਾਹਰ ਖੁੱਲ੍ਹੇ 'ਚ ਸ਼ੌਚ ਨਹੀਂ ਕਰਨੀ ਹੈਗੀ, ਆਪਣਾ ਪਖਾਨਾ ਯੂਜ਼ ਕਰਨਾ। ਅਤੇ ਉਸ ਤੋਂ ਬਾਅਦ ਫਿਰ 2017 ਦੇ ਵਿੱਚ ਸਾਨੂੰ ਵਾਟਰ ਸਪਲਾਈ 'ਚ ਇਹਨਾਂ ਨੇ ਭਰਤੀ ਕੀਤਾ। ਉਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਨੇ ਉਹਦੇ ਪ੍ਰਤੀ ਮੋਟੀਵੇਟ ਕੀਤਾ, ਅਤੇ ਬਿੱਲ ਕਲੈਕਸ਼ਨ ਦਾ ਕੰਮ ਕੀਤਾ, ਅਤੇ 24 ਘੰਟੇ ਪਿੰਡਾਂ ਦੇ ਵਿੱਚ ਆਪਣੀ ਜਿਹੜੀ ਪਾਣੀ ਦੀ ਸਪਲਾਈ ਉਹ ਕਰਵਾਈ ਹੈ। ਵੀ ਇਹ ਡਿਊਟੀਆਂ ਸੀਗੀਆਂ ਸਾਡੀਆਂ, ਲੋਕਾਂ ਨੂੰ ਮੋਟੀਵੇਟ ਕਰਨਾ ਮੇਨ। ਭੈਣ ਜੀ, ਜਿੰਨੇ ਬੇਰੁਜ਼ਗਾਰ ਤੁਹਾਡੇ ਨੌਜਵਾਨ ਅਤੇ ਭੈਣਾਂ ਨੇ, ਕਿੰਨੇ ਕੁ ਟੋਟਲ ਪੰਜਾਬ ਦੇ ਹੈਗੇ ਨੇ? ਸਰ, 400 ਤੇ ਆਬਾਦੀ ਹੈ, 400 ਦੇ ਹੈਗੇ ਆ। ਅੱਛਾ, 400 ਕੁਛ ਹੈ। ਹਾਂਜੀ। ਹੁਣ ਸਰਕਾਰ ਦਾ ਕੀ ਕਹਿਣਾ? ਸਰ, ਸਰਕਾਰ ਦਾ ਬਸ ਇਹੀ ਹੈ ਵੀ ਅਸੀਂ ਇਹਨਾਂ ਤੋਂ ਫਿਕਸ ਸੈਲਰੀ ਦੀ ਡਿਮਾਂਡ ਕਰ ਰਹੇ ਹਾਂ ਵੀ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇ। ਪਰ ਸਰਕਾਰ ਇਸ ਟਾਈਮ ਲਾਰਾ ਲਪਾਈ ਲਗਾ ਰਹੀ ਹੈ।
ਤੇ ਵੀਰ ਜੀ ਅੱਜ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਅੱਜ ਕਿਸ ਮੰਤਰੀ ਨਾਲ ਕੀਤੀ ਗਈ ਹੈ? ਸਰ ਸਾਡੀ ਮੀਟਿੰਗ ਜਿੰਪਾ ਜੀ ਨਾਲ ਹੋਈ ਸੀ ਸਰ, ਜਿਹੜੇ ਸਾਡੇ ਡਿਪਾਰਟਮੈਂਟ ਦੇ ਕੈਬਨਿਟ ਮੰਤਰੀ ਨੇ ਜੀ ਸਰ। ਸਰ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਵੀ ਅਸੀਂ ਤੁਹਾਡੀ ਸੈਲਰੀ ਨਹੀਂ ਲਗਾ ਸਕਦੇ, ਵੀ ਤੁਸੀਂ ਇਨਸੈਂਟਿਵ ਬੇਸ ਤੇ ਹੀ ਕੰਮ ਕਰੋ। ਕਦੋਂ ਮੀਟਿੰਗ ਹੋਈ ਸੀ? ਸਰ 1:30 ਵਜੇ ਸਟਾਰਟ ਹੋਈ ਸੀ, ਲਗਭਗ ਸਰ 3 ਵਜ ਗਏ ਨੇ, 1.5 ਘੰਟਾ ਮੀਟਿੰਗ ਚੱਲੀ ਹੈ ਸਰ। ਜੀ ਜੀ, ਜਿਹਦੇ ਵਿੱਚ ਸਰ ਕੋਈ ਸਿੱਟਾ ਨਹੀਂ ਨਿਕਲਿਆ ਹੈਗਾ ਸਰ। ਹੁਣ ਅਗਲਾ ਕੋਈ ਭਰੋਸਾ ਨਹੀਂ, ਕਿਸ ਤਰ੍ਹਾਂ ਰੱਖਣਗੇ ਤੁਹਾਨੂੰ ਨਹੀਂ ਰੱਖਣਗੇ? ਸਰ ਭਰੋਸੇ ਤੇ ਤਾਂ ਹਰ ਦੁਨੀਆ ਕਾਇਮ ਆ, ਚਲੋ ਦੇਖਦੇ ਹਾਂ ਸਰ ਵੀ ਕੀ ਬਣਦਾ। ਬਾਕੀ ਸਰ ਅੱਗੇ ਵੀ ਜਿਹੜੀ ਵੀ ਕਾਰਵਾਈ ਹੋਊਗੀ, ਯੂਨੀਅਨ ਜਿੱਦਾਂ ਵੀ ਕਰੇਗੀ, ਮੀਟਿੰਗ ਬੁਲਾ ਕੇ ਸਰ ਅਗਲੀ ਕਾਰਵਾਈ ਲਿਖੀ ਜਾਵੇਗੀ ਵੀ ਕੀ ਧਰਨਾ ਪ੍ਰਦਰਸ਼ਨ ਕਰਨਾ ਹੈ ਜਾਂ ਮਹਿਕਮੇ ਨਾਲ ਕਿੱਦਾਂ ਮੀਟਿੰਗਾਂ ਕਰਕੇ ਕੀ ਗੱਲਬਾਤ ਕਰਨੀ ਹੈ ਸਰ। ਠੀਕ ਹੈ, ਠੀਕ ਹੈ, ਥੈਂਕ ਯੂ। ਦਰਸ਼ਕੋ, ਤੁਸੀਂ ਵੇਖ ਰਹੇ ਸੀ ਪੰਜਾਬ ਭਵਨ ਚੰਡੀਗੜ੍ਹ ਤੋਂ ਲਾਈਵ ਤਸਵੀਰਾਂ, ਜਿੱਥੇ ਕਿ ਮੇਰੇ ਨਾਲ ਕੁਛ ਕਰਮਚਾਰੀ ਨੇ ਪੰਜਾਬ ਦੇ ਵੱਲੋਂ ਜਿਸ ਤਰ੍ਹਾਂ ਸੈਨੀਟੇਸ਼ਨ ਮਹਿਕਮੇ ਦੇ, ਜਿਸ ਤਰ੍ਹਾਂ ਟੋਇਲਟ ਹੋ ਗਏ ਜਾਂ ਹੋਰ ਟੂਟੀਆਂ ਵਗੈਰਾ ਵਾਟਰ ਸਪਲਾਈ ਦੇ ਮਹਿਕਮੇ ਵੱਲੋਂ ਜੋ ਇਹਨਾਂ ਨੂੰ ਲਗਾਇਆ ਗਿਆ ਸੀ, ਸੋ ਇਹਨਾਂ ਦਾ ਕਹਿਣਾ ਵੀ ਸਾਨੂੰ ਜਿਹੜੀ ਪੇਮੈਂਟ ਮੰਥਲੀ ਨਹੀਂ ਦਿੱਤੀ ਜਾਂਦੀ, ਕੁਛ ਪਰਸੈਂਟੇਜ ਦੇ ਹਿਸਾਬ ਨਾਲ ਦਿੰਦੇ ਨੇ, ਲੇਕਿਨ ਸਾਨੂੰ ਸਾਡਾ ਜਿਹੜਾ ਰੁਜ਼ਗਾਰ ਪੱਤਾ ਨਹੀਂ ਦਿੱਤਾ ਜਾ ਰਿਹਾ। ਸੋ ਇਹਨਾਂ ਦੀ ਮੰਗ ਸੀ, ਅੱਜ ਮੀਟਿੰਗ ਕਰਕੇ ਆਏ ਨੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ, ਮੈਂ ਨਿਸ਼ਾਨ ਸਿੰਘ, ਧੰਨਵਾਦ, ਸਤਿ ਸ਼੍ਰੀ ਅਕਾਲ।